ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਹੈ ਤੁਹਾਡਾ ਮੇਰੇ ਨਵੇਂ ਵਲੌਗ 'ਚ। ਹੋਪ ਕਰਦਾ ਤੁਸੀਂ ਸਭ ਵਧੀਆ ਹੋਵੋਗੇ। ਅਤੇ ਅੱਜ ਆਪਾਂ ਘਰ ਹੀ ਹਾਂ, ਅੱਜ ਕੋਈ ਕੰਮ ਵੀ ਨਹੀਂ ਸੀ ਕਰਨ ਨੂੰ, ਮੀਂਹ ਪੈ ਗਿਆ ਸੀ, ਨਹੀਂ ਤਾਂ ਅੱਜ ਆਪਾਂ ਪਰਾਲ ਸਾੜਨੀ ਸੀ ਜਿਹੜਾ ਕੱਲ੍ਹ ਧਾਨ ਵੱਢਿਆ ਸੀ। ਹੁਣ ਥੱਲੇ ਚੱਲਦੇ ਹਾਂ, ਗੱਡੀਆਂ ਗੁੱਡੀਆਂ ਸਾਫ਼ ਕਰਦੇ ਹਾਂ ਅੱਜ। ਚਲੋ ਅੱਗੇ ਵੇਖਦੇ ਰਹੋ, ਫਿਰ ਚੱਲਦੇ ਹਾਂ ਥੱਲੇ। ਹੁਣ ਚਾਬੀ ਲੈ ਲਈ ਗੱਡੀ ਦੀ, ਕੱਪੜੇ ਵੀ ਲੈ ਲੈਣੇ ਗੱਡੀ ਸਾਫ਼ ਕਰਨ ਵਾਸਤੇ। ਸਕੋਰਪੀਓ ਤਾਂ ਕਵਰ ਲਾਉਂਦੇ ਹਾਂ, ਬੜੇ ਦਿਨ ਹੋ ਗਏ ਨੇ ਚਲਾਈ ਵੀ ਨਹੀਂ ਗੀ ਸਕੋਰਪੀਓ, ਨਾਲੇ ਸਟਾਰਟ ਸਟੂਟ ਕਰਦੇ ਹਾਂ। ਬੜੀ ਧੁੱਪ ਲੱਗੀ ਆ, ਮੌਸਮ ਵੇਖੋ ਬੜਾ ਮੀਂਹ ਪਿਆ ਸੀ। ਮੈਂ ਥੱਲੇ ਸਕੋਰਪੀਓ ਨੂੰ ਸਾਫ਼ ਸੂਫ਼ ਕਰਨ ਵਾਸਤੇ ਆਇਆ ਹਾਂ, ਪਰ ਇਹਦਾ ਟਾਇਰ ਪੈਂਚਰ ਹੋਇਆ ਪਿਆ ਸੀ। ਹੁਣ ਆਪਾਂ ਜੈਕ ਲਾ ਕੇ ਇਹਦਾ ਟਾਇਰ ਤਾਂ ਖੋਲ੍ਹਤਾ ਹੈ, ਹੁਣ ਚੱਲਾਂਗੇ ਥੋੜ੍ਹੀ ਦੇਰ ਨੂੰ ਪੈਂਚਰ ਪੁੰਚਰ ਲਵਾ ਕੇ ਲਿਆਉਂਦੇ ਹਾਂ ਇਹਨੂੰ। ਹਾਂ ਵੇਖੋ ਟਾਇਰ ਖੋਲ੍ਹ ਕੇ ਰੱਖਤਾ ਹੈ। ਹੁਣ ਲਾਉਂਦੇ ਹਾਂ ਸਕੋਰਪੀਓ ਐਨ ਤੋਂ ਕਵਰ, ਆਪਾਂ ਉਹਨੂੰ ਕਰਨੇ ਸਾਫ਼। ਮੈਂ ਤਾਂ ਬੜੀ ਦੇਰ ਦਾ ਥੱਲੇ ਆਇਆ ਉਹਨੂੰ ਸਾਫ਼ ਕਰਨ ਵਾਸਤੇ, ਪਰ ਇਹਦਾ ਟਾਇਰ ਪੈਂਚਰ ਹੋਇਆ ਪਿਆ ਸੀ। ਮੈਂ ਫਿਰ ਸੋਚਿਆ ਪਹਿਲਾਂ ਟਾਇਰ ਹੀ ਖੋਲ੍ਹ ਦਿੰਦਾ, ਅਤੇ ਆਹ ਟਾਇਰ ਖੋਲ੍ਹ ਕੇ ਰੱਖਤਾ ਆਪਾਂ। ਬਾਕੀ ਹੁਣ ਚੱਲਦੇ ਹਾਂ, ਹੁਣ ਥੋੜ੍ਹੀ ਦੇਰ ਨੂੰ ਪੈਂਚਰ ਲਵਾਉਣ, ਪਹਿਲਾਂ ਸਕੋਰਪੀਓ ਸਾਫ਼ ਕਰ ਲਈਏ। ਹੁਣ ਲਾਉਂਦੇ ਹਾਂ ਕਵਰ, ਆਪਾਂ ਬੈਲਟਾਂ ਖੋਲ੍ਹਤੀਆਂ ਨੇ ਜਿਹੜੀਆਂ ਥੱਲੇ ਲੱਗੀਆਂ ਹਨ, ਹੁਣ ਕਵਰ ਉਤਾਰਦੇ ਹਾਂ। ਇੱਕ ਰਹਿ ਗਈ ਯਾਰ ਖੋਲ੍ਹਣ ਵਾਲੀ, ਇਹਨੂੰ ਖੋਲ੍ਹ ਦੀਏ। ਲਾਉਂਦੇ ਹਾਂ ਕਵਰ, ਕਵਰ ਤਾਂ ਆਪਾਂ ਲਾ ਦਿੱਤਾ ਹੈ। ਕਵਰ ਦੇ ਅੰਦਰ ਵੀ ਵੇਖੋ ਗੰਦੀ ਹੋਈ ਪਈ ਹੈ ਗੱਡੀ ਸਾਰੀ, ਧੋ ਧੂ ਕੇ ਖਿਲਾਰੀ ਸੀ ਆਪਾਂ ਨੇ। ਚਲੋ ਕੋਈ ਨਹੀਂ, ਹੁਣ ਦੁਬਾਰਾ ਸਾਫ਼ ਕਰਦੇ ਹਾਂ। ਮੀਂਹ ਪਿਆ ਸੀ ਨਾ, ਤਾਂ ਫਿਰ ਕਵਰ ਦੇ ਅੰਦਰ ਵੀ ਪਾਣੀ ਤੁਰ ਗਿਆ। ਹੁਣ ਅੱਜ ਕਰਦੇ ਹਾਂ ਸਟਾਰਟ, ਇੱਕ ਹਫ਼ਤੇ ਬਾਅਦ ਹੋਣ ਲੱਗੀ ਗੱਡੀ ਸਟਾਰਟ। ਅੱਜ ਸੀਟ ਪਿੱਛੇ ਕਰ ਲਈਏ, ਲੈ ਕੇ ਬਾਬੇ ਦਾ ਨਾਮ ਕਰਦੇ ਹਾਂ ਗੱਡੀ ਸਟਾਰਟ। ਇੱਕ ਹਫ਼ਤੇ ਬਾਅਦ ਦਾ ਸਟਾਰਟ ਕਰਨ ਲੱਗਾ ਵਾਂ। ਸਤਿਨਾਮ ਵਾਹਿਗੁਰੂ ਜੀ। ਗੱਡੀ ਕਰਤੀ ਆਪਾਂ ਸਟਾਰਟ, ਅਗਲੇ ਦੋਵੇਂ ਟਾਇਰਾਂ 'ਚ ਹਵਾ ਵੀ ਘੱਟ ਹੈ। ਚਲੋ ਕੋਈ ਗੱਲ ਨਹੀਂ, ਪਹਿਲਾਂ ਮੈਂ ਗੱਡੀ ਬਾਹਰ ਕੱਢ ਲਈ ਸੀ, ਪਰ ਬਾਹਰ ਧੁੱਪ ਹੀ ਬੜੀ ਹੈ, ਫਿਰ ਦਾਗ ਪੈ ਜਾਣੇ ਨੇ। ਆਪਾਂ ਗੱਡੀ ਸਾਫ਼ ਕੀਤੀ ਅਤੇ ਗਿੱਲੇ ਕੱਪੜੇ ਨਾ, ਅਤੇ ਹੁਣ ਆਪਾਂ ਇੱਥੇ ਦੁਬਾਰਾ ਬਰਸਾਤੀ 'ਚ ਖੜੀ ਕਰਕੇ ਸਾਫ਼ ਕਰਦੇ ਹਾਂ। ਲਾਤੀ ਪੀ 'ਚ, ਅਤੇ ਹੁਣ ਉਤਰਦੇ ਹਾਂ ਥੱਲੇ। ਮੀਂਹ 'ਚ ਸਾਰੀ ਗੰਦੀ ਹੋ ਗਈ ਗੱਡੀ। ਹੁਣ ਆਪਾਂ ਪਹਿਲਾਂ ਗਿੱਲਾ ਕੱਪੜਾ ਮਾਰਨੇ ਆ, ਫਿਰ ਇਹਦੇ ਬਾਅਦ ਮਾਰਾਂਗੇ ਸੁੱਕਾ ਕੱਪੜਾ। ਗੱਡੀ ਜਾਏਗੀ ਚਮਕ ਆਪਣੀ, ਕਾਲੀ ਗੱਡੀ 'ਤੇ ਖੜੀ ਖੜੀ 'ਤੇ ਧੂੜ ਪੈ ਜਾਂਦੀ ਹੈ। ਲਓ ਵੀ ਮਿੱਤਰੋ, ਆਪਾਂ ਬਾਹਰੋਂ ਦਿੱਤੀ ਗੱਡੀ ਪੂਰੀ ਚਮਕਾ, ਵੇਖੋ ਬਸ ਟਾਇਰ ਪੋਲਿਸ਼ ਰਹਿ ਗਈ ਹੈ, ਅਤੇ ਅੰਦਰੋਂ ਸਾਫ਼ ਕਰਨ ਵਾਲੀ ਰਹਿ ਗਈ ਥੋੜ੍ਹੀ ਜਿਹੀ, ਬਾਹਰੋਂ ਤਾਂ ਪੂਰੀ ਚਮਕਾ ਦਿੱਤੀ ਹੈ। ਆਹ ਕਰੋ ਚੈੱਕ, ਸ਼ੀਸ਼ੇ ਵਰਗਾ ਪੂਰਾ ਇੱਕਦਮ, ਮਿਰਰ ਵੀ ਹੋਣ ਦਿਆ। ਕੋਟਿੰਗ ਕਰਵਾਈ ਸੀ ਗ੍ਰਿਫੀਨ ਜਦੋਂ ਆਪਾਂ ਨਵੀਂ ਗੱਡੀ ਲਈ ਸੀ ਨਾ, ਅਤੇ ਉਦੋਂ ਹੀ ਕੋਟਿੰਗ ਕਰਾ ਦਿੱਤੀ। ਕੋਟਿੰਗ ਦਾ ਬੜਾ ਫਾਇਦਾ ਹੈ, ਉੱਤੇ ਪਾਣੀ ਵੀ ਨਹੀਂ ਰੁਕਦਾ, ਅਤੇ ਨਾਲੇ ਗੱਡੀ ਵੀ ਚਮਕਦੀ ਰਹਿੰਦੀ ਹੈ। ਵੇਖੋ ਆਹ ਮੈਂ ਲਾਈਟਾਂ ਥੋੜ੍ਹੀਆਂ ਸਮੋਕ ਕਰਾਤੀਆਂ ਹਨ, ਲੁੱਕ ਵਧੀਆ ਆ ਜਾਂਦੀ ਹੈ। ਆਹ ਥੱਲੇ ਵਾਲੀਆਂ ਵੀ, ਹਾਂ ਆਹ ਦੇਖੋ ਵਿਊ, ਕੋਟਿੰਗ ਦਾ ਫਾਇਦਾ। ਰੁਦਰਪੁਰੋਂ ਹੀ ਆਪਾਂ ਕੋਟਿੰਗ ਕਰਾਈ ਸੀ ਡਿਟੇਲਿੰਗ ਡੈਜ਼ਲ ਤੋਂ। ਟਾਇਰ ਪੋਲਿਸ਼ ਲਾਇਆ, ਹੁਣ ਟਾਇਰ ਪੋਲਿਸ਼ ਮਾਰਦਾ ਵਾਂ, ਅਤੇ ਫਿਰ ਅੰਦਰ ਮਾਰਾਂਗਾ ਕੱਪੜਾ। ਅੰਦਰੋਂ ਤਾਂ ਵੈਸੇ ਸਾਫ਼ ਹੀ ਹੈ, ਬਸ ਥੋੜ੍ਹਾ ਬਹੁਤਾ ਕੱਪੜਾ ਮਾਰਨਾ ਪੈਣਾ ਅਗਲੇ ਸ਼ੀਸ਼ੇ 'ਤੇ। ਬਾਕੀ ਤਾਂ ਪੂਰੀ ਗੱਡੀ ਸਾਫ਼ ਹੀ ਹੈ, ਉਦੋਂ ਸਾਫ਼ ਕਰਕੇ ਖਿਲਾ ਰਹੀ ਸੀ, ਅਤੇ ਫਿਰ ਮੀਂਹ ਪੈ ਗਿਆ ਤਾਂ ਗੰਦੀ ਹੋ ਗਈ ਹੈ। ਏ ਸੀ 'ਚ ਬਹਿੰਦੇ ਉਨੀ ਦੇਰ ਤੱਕ, ਮਜ਼ੇ ਨਾਲ ਹੌਲੀ ਹੌਲੀ ਸਾਫ਼ ਕਰਦੇ ਹਾਂ। ਅੰਦਰੋਂ ਵੀ ਆਪਾਂ ਕਰਤੀ ਹੁਣ ਸਾਫ਼, ਜਿਹੜਾ ਆਪਾਂ ਪਰਫਿਊਮ ਜਿਹਾ ਲਾਇਆ ਨਾ, ਇਹਦੀ ਫਰੈਗਰੈਂਸ ਬੜੀ ਸੋਹਣੀ ਹੈ। ਸਾਫ਼ ਸੂਫ਼ ਕਰਕੇ ਆਪਾਂ ਖਿਲਾਰਤੀ ਗੱਡੀ, ਹੁਣ ਕਵਰ ਪਾਵਾਂਗੇ। ਕਦੇ ਤੋਂ ਤਾਂ ਪੈਣਾ ਨਹੀਂ, ਹੁਣ ਕੋਈ ਆਏਗਾ ਤਾਂ ਫਿਰ ਉੱਤੋਂ ਕਵਰ ਪਵਾਵਾਂਗੇ। ਹੁਣ ਇਹਦਾ ਕਰਦੇ ਹਾਂ ਕੁਛ ਸ਼ੀਲਾ। ਹਾਂ ਵੇਖੋ ਇੱਥੋਂ ਹਵਾ ਨਿਕਲ ਗਈ ਜਾਂਦੀ ਜੀ, ਇੱਥੋਂ ਆਹ ਖਰਾਬ ਹੋ ਗਿਆ ਵਾ।
ਮੈਂ ਟਾਇਰ ਟੂਰ ਤਾਂ ਸਾਫ਼ ਕਰਕੇ ਰੱਖਤਾ ਸੀ, ਮੈਂ ਕਿਤੇ ਗੰਦਾ ਜਿਹਾ ਕੱਪੜੇ ਕੁੱਪੜੇ ਗੰਦੇ ਨਹੀਂ ਹੋਣਗੇ, ਲੈ ਕੇ ਜਾਵਾਂਗੇ ਅਤੇ ਹੁਣ ਇੰਝ ਹੀ ਖਿਲਾਰਦੇ ਹਾਂ ਥੋੜ੍ਹੀ ਦੇਰ ਇਹਨੂੰ ਅਤੇ ਫਿਰ ਚੱਲਾਂਗੇ ਲੈ ਕੇ, ਹੁਣ ਪੈਂਚਰ ਪੁੰਚਰ ਲਵਾ ਲੈਂਦੇ ਹਾਂ ਜੋ ਵੀ ਦਿੱਕਤ ਹੈ। ਹਾਂ ਵੇਖੋ ਇਹਦੀ ਹਾਲਤ ਕੀ ਹੋਈ ਪਈ ਹੈ, ਮੀਂਹ 'ਚ ਮੈਨੂੰ ਵੀ ਵਾਸ਼ ਕਰਨਾ ਯਾਰ। ਸਕੂਟੀ ਆਪਾਂ ਕੱਢ ਲਈ ਘਰੋਂ, ਹੁਣ ਚੱਲੇ ਆਪਾਂ ਚਾਚਾ ਜੀ ਘਰ, ਆਹ ਸਾਹਮਣੇ ਚਾਚਾ ਜੀ ਦੇ ਘਰ, ਇੱਥੇ ਆਪਾਂ ਨੂੰ ਕੰਮ ਹੈ, ਉਸ ਤੋਂ ਬਾਅਦ ਚੱਲਾਂਗੇ ਆਪਾਂ ਸਿੱਧਾ ਪਲਾਟ, ਉੱਥੇ ਜਾ ਕੇ ਵੇਖਾਂਗੇ ਜਦੋਂ ਪਰਾਲ ਸੜਦੀ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਕੋਈ ਗੱਲ ਨਹੀਂ ਫਿਰ ਬਾਅਦ 'ਚ ਸੜਾਂਗੇ ਆਪਾਂ। ਚਾਚਾ ਜੀ ਘਰ ਆ ਗਏ ਹਾਂ, ਆਹ ਇੱਧਰ ਛੱਪਰ ਆ, ਇੱਧਰ ਗਾਵਾਂ ਗੁਵਾਂ ਵੱਜੀਆਂ ਜੀ, ਵੇਖੋ ਪਿੰਡ ਦਾ ਵਿਊ। ਵਿਕਾਸ ਚੱਲੇ ਹੁਣ ਪੈਲੀ 'ਤੇ ਜਾ ਕੇ ਮਿਲਦੇ ਹਾਂ, ਪਰਾਲ ਸੜਦੀ ਤਾਂ ਠੀਕ ਹੈ, ਨਹੀਂ ਤਾਂ ਫਿਰ ਬਾਅਦ 'ਚੋਂ ਸੜਾਂਗੇ, ਧੁੱਪ ਲੱਗ ਜਾਏਗੀ ਅਤੇ ਸੜ ਜਾਏ ਤਾਂ ਚੰਗਾ ਹੀ ਹੈ ਯਾਰ, ਫਿਰ ਪਾਣੀ ਛੱਡ ਕੇ ਤੁਹਾਡਾ ਵਟਰ ਮਾਰਾਂਗੇ। ਹੁਣ ਜਾਂਦੇ ਹਾਂ ਪਲਾਟ 'ਤੇ, ਜਿੱਦਾਂ ਤੁਹਾਨੂੰ ਮਿਲਦੇ ਹਾਂ ਆ ਕੇ ਪਲਾਟ 'ਤੇ ਆਪਾਂ। ਜਾ ਵੀ ਇੱਧਰ ਆਪਣੀ ਪੈਲੀ, ਉਹ ਸਾਹਮਣੇ ਘਰ ਹੋ ਗਿਆ, ਇੱਧਰ ਵੀ ਹੁਣ ਧਾਣ ਹੀ ਲਾਵਾਂਗੇ, ਉਹ ਪੌਦ ਲਾਈਏ ਸਾਹਮਣੇ, ਅਤੇ ਆਹ ਜਿਹੜਾ ਆਪਾਂ ਧਾਣ ਵੱਢਿਆ ਸੀ ਉੱਥੇ ਪਹੁੰਚ ਗਏ ਹਾਂ, ਹੁਣ ਵੇਖਦੇ ਹਾਂ ਸੜਦਾ ਨਹੀਂ ਸੜਦਾ। ਆਹ ਵੇਖੋ 4x4 ਹੀ ਕੰਪੈਨ ਚੱਲੀ ਸੀ, ਪਾਣੀ ਖਲੋਤਾ ਹੈ ਅਤੇ ਫਿਲਹਾਲ ਧਾਨ 'ਚ ਖਾਂਦੇ ਹਾਂ, ਬੜਾ ਮੀਂਹ ਪੈ ਗਿਆ, ਪੂਰਾ ਪਾਣੀ ਪਾਣੀ ਹੋਇਆ ਪਿਆ, ਹੁਣ ਵੇਖਦੇ ਹਾਂ ਕਰਕੇ ਜੇ ਸੜੇਗੀ ਤਾਂ ਠੀਕ ਹੈ। ਹਾਂ ਵੇਖੋ ਹੁਣ ਲਾਈਏ, ਵੇਖੋ ਸੜਦੀ ਸੜਦੀ, ਵੈਸੇ ਪੈਲੀ ਐਤਕੀ ਹੈਰੋ ਤਾਂ ਵੱਜਣੀ ਮੁਸ਼ਕਿਲ ਹੀ ਹੈ, ਹੁਣ ਪਾਣੀ ਭਰ ਕੇ ਰੂਟਾਵੇਟਰ ਹੀ ਮਾਰਨਾ ਪੈਣਾ, ਪਰਾਲ ਸੜ ਜੇ ਬਸ ਇੱਕ ਵਾਰ ਫਿਰ ਤਾਂ ਕੋਈ ਦਿੱਕਤ ਨਹੀਂ ਗੀ। ਹਾਂ ਵੇਖੋ ਆਰਟੀਜਨ ਉਹ ਸਾਹਮਣੇ ਆਪਣਾ ਘਰ ਹੋ ਗਿਆ, ਆਹ ਸਾਰਾ ਪਿੰਡ ਹੈ, ਆਹ ਪੌਦ ਲੱਗੀ, ਉਹ ਅੱਗੇ ਸਾਹਮਣੇ ਧਾਨ ਵੱਢਣ ਵਾਲਾ ਰਹਿ ਗਿਆ ਹੈ, ਉਹ ਹਜੇ ਹਰਾ ਹੈ, ਹੁਣ ਛੰਨੀਵਾਂ ਰੱਖਿਆ ਕੰਪੈਨ ਨੂੰ, ਹੁਣ ਵੇਖੋ ਬਾਬਾ ਸਾਥ ਦੇ ਦੇ ਬਸ ਮੀਂਹ ਮੂੰਹ ਨਾ ਪਏ, ਚੰਗੀ ਗੱਲ ਹੈ। ਉਹ ਵੀ ਮਿੱਤਰੋ ਪਰਾਲ ਤਾਂ ਆਪਣੀ ਸੜੀ ਨਹੀਂ, ਹੁਣ ਫਿਰ ਯਾਰ ਨਹੀਂ ਚੱਲੇ ਨੇ ਘਰ ਦੇ, ਉਹ ਗਈ 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 ਫਿਸਲ ਗਈ ਸਕੂਟੀ, ਬਚ ਗਏ ਬਚ ਗਏ। ਹੁਣ ਆਪਾਂ ਜੀ ਸਟੱਪਣੀ ਖੋਲ੍ਹਣ ਲੱਗੇ, ਕੱਲ੍ਹ ਰੁਦਰਪੁਰ ਜਾਵਾਂਗੇ ਫਿਰ ਉੱਥੋਂ ਕਰਾ ਲਵਾਂਗੇ ਟਾਇਰ ਠੀਕ, ਹੁਣ ਫਿਲਹਾਲ ਸਟੱਪਣੀ ਖੋਲ੍ਹ ਕੇ ਤਾਂ ਆਪਾਂ ਫਿੱਟ ਕਰਦੇ ਹਾਂ ਅਤੇ ਉਗਲੇ ਟਾਇਰ ਨੂੰ ਸਟੱਪਣੀ ਚਲਾ ਦਾਂਗੇ। ਸਟੱਪਣੀ ਵਾਲਾ ਟਾਇਰ ਲਾ ਲਿਆ, ਵੇਖੋ ਕਿਵੇਂ ਦੀ ਲੱਗਣ ਦੀ ਗੱਡੀ ਪਿੱਛੋਂ, ਹੁਣ ਆਪਣਾ ਟਾਇਰ ਉੱਧਰ ਫਿੱਟ ਕਰਦੇ, ਆਹ ਟਾਇਰ ਤਾਂ ਇੱਕ ਵਾਰ ਵੀ ਯੂਜ਼ ਨਹੀਂ ਹੋਇਆ, ਨਵਾਂ ਹੀ ਪਿਆ ਬਿਲਕੁਲ ਟਾਇਰ, ਆਪਣਾ ਟਾਇਰ ਕਰਤਾ ਚੇਂਜ, ਸਟੱਪਣੀ ਵਾਲਾ ਟਾਇਰ ਇੱਧਰ ਲਾਤਾ, ਜਿਹੜਾ ਟਾਇਰ ਆਪਣਾ ਹੋ ਗਿਆ ਪੈਂਚਰ ਉਹਨੂੰ ਇੱਧਰ ਲਾਤਾ, ਹੁਣ ਕੱਲ੍ਹ ਰੁਦਰਪੁਰ ਜਾਵਾਂਗੇ ਤੈਨੂੰ ਸਹੀ ਕਰਾ ਲਵਾਂਗੇ। ਹੋਪ ਕਰਦਾ ਤੁਹਾਨੂੰ ਸਭ ਨੂੰ ਅੱਜ ਵਾਲਾ ਵਲੋਗ ਵਧੀਆ ਲੱਗਿਆ ਹੋਏਗਾ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ ਵੀਡੀਓ ਨੂੰ, ਮਿਲਦੇ ਹਾਂ ਅਗਲੀ ਵੀਡੀਓ 'ਚ।